ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗवाणी ਟੀਵੀ ਮੈਂ ਸਤੰਦਰ ਸਿੰਘ ਠੇਰਾ ਮੇਰੇ ਨਾਲ ਸਟੂਡੀਓ ਦੇ ਵਿੱਚ ਕੌਮੀ ਗੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੀ ਗੱਲ ਕਰ ਲਈਏ ਜਾਂ ਫਿਰ ਭਾਰਤ ਦੇ ਕਿਸੇ ਕੋਨੇ ਦੀ ਵੀ ਗੱਲ ਕਰ ਲਈਏ ਘੱਟ ਗਿਣਤੀ ਦੇ ਮਸਲੇ ਜਿਹੜੇ ਨੇ ਆਜ਼ਾਦੀ ਤੋਂ ਇੰਨੇ ਵਾਰਿਆਂ ਬਾਅਦ ਵੀ ਉੱਥੇ ਦੇ ਉੱਥੇ ਖੜੇ ਜਾਪਦੇ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਕਰੋ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਪਹਿਲੇ ਕਰਦੇ ਬਹੁਤ ਵੱਡੇ ਮਸਲੇ ਹੋ ਸ਼ੁਰੂ ਹੋ ਗਏ ਅਮਰਿਤਪਾਲ ਉਸ ਤੋਂ ਬਾਅਦ ਫਿਰ ਬੇਅਦਬੀ ਦੀਆਂ ਕੰਡਨਾ ਰੁਕਣ ਦਾ ਨਾਮ ਨਹੀਂ ਲੈਂ ਮੈਂ ਜਾ ਕੇ ਐਸੀ ਹੁਨੇ ਕੁਤਵਾਲੀ ਪਰਸੋਂ ਜੀ ਤਿੰਨ ਦਿਨ ਪਹਿਲਾਂ ਮਰੰਡੇ ਪੰਜਾਬ ਦੇ ਵਿੱਚ ਪਿਛਲੇ 45 ਸਾਲ ਤੋਂ ਜਿੱਥੇ ਸਿੱਖਵਾਦੀ ਜ਼ਿਆਦਾ ਹੈ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੇਸਿਸ ਵੀ ਜ਼ਿਆਦਾ ਹੁੰਦੇ ਜੀ ਔਰ ਦੋਸ਼ੀ ਫੜੇ ਜਾਂਦੇ ਆ ਉਹਨਾਂ ਨੂੰ ਸਜ਼ਾ ਹੋਵੇ ਔਰ ਐਸੀ ਸਜ਼ਾ ਹੋਵੇ ਕਿ ਦੂਜੇ ਨੂੰ ਵੀ ਡਰ ਹੋਵੇ ਇਸਾ ਕੱਲ ਨજર ਨਹੀਂ ਆਈ ਅਸੀਂ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਕਿ ਪਿਛਲੇ 45 ਸਾਲਾਂ 'ਚ ਜਿੰਨੀਆਂ ਵੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਉਹਦੇ ਪਿੱਛੇ ਕਾਰਨ ਕੀ ਸੀ ਦੋਸ਼ੀ ਫੜੇ ਗਏ ਸਜ਼ਾ ਹੋਈ ਜਾਂ ਕੀ ਬਣਿਆ ਕੇਸ ਦਾ ਤੇ ਉਹਦਾ ਕਾਰਨ ਕੀ ਆ ਕਿਉਂ ਨੇ ਉਹ ਘਟਨਾ ਕੀਤੀ ਉਹਦੇ ਉਹਨਾਂ ਸਾਰੇ ਕਾਰਨਾਂ ਦਾ ਪਤਾ ਲੱਗੇ ਤੇ ਫਿਰ ਅਸੀਂ ਜਿਹੜੀ ਹੈ ਸਰਕਾਰ ਨੂੰ ਉਹਦੇ ਅਸੀਂ ਤਾਂ ਐਡਵਾਈਜ਼ਰੀ ਇੱਕ ਰੋਲ ਵੀ ਪਲੇ ਕਰਦੇ ਆਂ ਗਵਰਨਮੈਂਟ ਆਫ ਇੰਡੀਆ ਨੂੰ ਫਿਰ ਰਿਕਵੈਸਟ ਕਰਾਂਗੇ ਕਿ ਆਹ ਚੀਜ਼ਾਂ ਜਿਹੜੀਆਂ ਐ ਇਹ ਹੋਣ ਤੇ ਫਿਰ ਇਹ ਬੜੀ ਚਿੰਤਾ ਦੀ ਗੱਲ ਹੈ ਖੈਰਾ ਸਾਹਿਬ ਕਿ ਪੰਜਾਬ ਦੇ ਵਿੱਚ ਸਿੱਖ ਆਬਾਦੀ ਜ਼ਿਆਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਵੀ ਸਭ ਤੋਂ ਜ਼ਿਆਦਾ ਇੱਥੇ ਐ ਤੇ ਇੱਥੇ ਹੀ ਘਟਨਾਵਾਂ ਹੋਣ ਇਹ ਬਾਕੀ ਹੋਰ ਦੁਨੀਆ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਗੇ ਹਿੰਦੁਸਤਾਨ ਦੇ ਦੂਜੀਆਂ ਸਟੇਟਾਂ 'ਚ ਵੀ ਹੈਗੇ ਆ ਤੇ ਪੰਜਾਬ ਵਿੱਚ ਇਹ ਹੋ ਰਹੀ ਹੈ ਇਹ ਸਾਡੇ ਲਈ ਬੜੀ ਚਿੰਤਾ ਦੀ ਗੱਲ ਹੈ ਅੱਛਾ ਇਕਵਾਲ ਜੀ ਇੱਕ ਇਹ ਵੀ ਗੱਲ ਹੈ ਕਿ ਜ਼ਿਆਦਾਤਰ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦੇ ਵਿੱਚ ਜੇ ਆਪਾਂ ਕਹੀਏ ਕਿ ਸਰੂਪ ਉਹਨਾਂ ਬੰਦਿਆਂ ਦੇ ਸਿੱਖ ਵਾਲੇ ਸੀਗੇ ਜਾਂ ਉਹਨਾਂ ਦਸਤਾਰ ਬੰਨੀ ਹੋਈ ਸੀ ਜਾਂ ਪੱਗ ਬੰਨੀ ਹੋਈ ਸੀ ਮਸਲਾ ਕੀ ਹੈ ਇਹਨੂੰ ਕਿਵੇਂ ਤੁਸੀਂ ਦੇ ਦੇਕੋ ਕਿ ਤੁਸੀਂ ਬਹੁਤ ਰਿਪੋਰਟਸ ਘਾੜਦੇ ਹੋ ਕਿਉਂਕਿ ਪਿੱਛੇ ਜੇ ਬਹੁਤ ਸਾਰਾ ਕੁਝ ਹੋਇਆ ਇਦਾਂ ਦਾ ਦੇਖੋ ਗੱਲ ਇਹ ਹੈ ਕਿ ਕਿਉਂ ਇਹ ਹੋ ਰਿਹਾ ਹੈ बार-बार ਬੰਦੇ ਦੀ ਮਾਨਸਿਕਤਾ ਇਹ ਕਿਉਂ ਹੁੰਦੀ ਹੈ ਇਹ ਵੀ ਉਹ ਉਟਕੇ ਜਦੋਂ ਵੀ ਕੋਈ ਵੀ ਉਹਦਾ ਰੀਜ਼ਨ ਹੋਵੇ ਜੇ ਕਹਿੰਦੇ ਆ ਜੀ ਮਾਨਸਿਕ ਤੌਰ ਤੇ ਪਰੇਸ਼ਾਨ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਆਦਮੀ ਕਿਉਂ ਗੁਰਦੁਆਰੇ ਹੀ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੀਅਦ ਵੀ ਕਰ ਲਈ ਉਹ ਕਿਸੇ ਸਕੂਲ ਚ ਨਹੀਂ ਜਾਂਦਾ ਕਿਸੇ ਹੋਰ ਸਰਕਾਰੀ ਦਫ਼ਤਰ ਚ ਨਹੀਂ ਜਾਂਦਾ ਜਿੱਥੇ ਜਾ ਕੇ ਉਹ ਆਪਣੀ ਮਾਨਸਿਕ ਬਿਮਾਰੀ ਦਾ ਜਿਹੜਾ ਉਹ ਮੁਜਾਹਰਾ ਕਰ ਸਕੇ ਕਿ ਮੈਂ ਤਾਂ ਪਾਗਲ ਹੈਗਾ ਇਸ ਕਰਕੇ ਮੈਂ ਸਰਕਾਰੀ ਦਫਤਰ ਭੰਦ ਦਿੱਤਾ ਇੱਕ ਤੁਹਾਡੀ ਡਿਪਾਰਟਮੈਂਟ ਦੀ ਰਿਪੋਰਟ ਸੀ ਕਿ ਮੈਂ ਪੜ੍ਹ ਰਿਹਾ ਸੀ ਕਿ ਕਹਿੰਦੇ 63 ਤੋਂ 57% ਤੱਕ ਗਿਣਤੀ ਜੜੀ ਸਿੱਖਾਂ ਦੀ ਹੈ ਉਹ ਉਹ ਵੀ ਉਸ ਵਿੱਚ ਵੀ ਘਾਟਾ ਹੋਇਆ ਹੈ ਪ੍ਰਤੀਸ਼ਤ ਘਾਟਾ ਹੋਇਆ ਪਿਛਲੇ ਤਕਰੀਬਨ 30 ਸਾਲ ਚ 63% ਪਾਪੂਲੇਸ਼ਨ ਸੀ ਸਿੱਖਾਂ ਦੀ ਉਹ 2011 ਦੀ ਜਿਹੜੀ ਹੈ ਜਨਗਣਨਾ ਉਹਦੇ 57% ਰਹਿ ਗਈ ਹੈ ਜੀ ਪਰ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਕਿ ਇੱਥੋਂ ਪ੍ਰਵਾਸ ਜ਼ਿਆਦਾ ਹੋ ਗਿਆ ਕੀ ਕਾਰਨ ਨਹੀਂ ਪ੍ਰਵਾਸ ਨਾਲ ਤਾਂ ਕੋਈ ਐਸੀ ਗੱਲ ਨਹੀਂ ਹੈਗੀ ਕਿਉਂਕਿ ਸਾਡੀ ਓਵਰਆਲ ਪਾਪੂਲੇਸ਼ਨ ਸਿੱਖਾਂ ਦੀ ਆਜ਼ਾਦੀ ਤੋਂ ਬਾਅਦ 1.79% ਸੀ ਇਨ ਜਿਹੜੀ ਬਾਕੀ ਰੇਸ਼ਿਓ ਦੇ ਮੁਕਾਬਲੇ ਚ ਤੇ ਹੁਣ ਘਟ ਕੇ 1.72 ਰਹਿ ਗਈ ਹੈ ਜੀ ਇਹਦਾ ਕਈ ਕਾਰਨ ਹੋਣਗੇ ਜਿਹੜੇ ਇੱਕ ਵਿਚਾਰ ਦਾ ਵਿਸ਼ਾ ਹੁੰਦਾ ਹੈ ਅੱਛਾ ਤੁਸੀਂ ਜੀ ਜੀ ਤੁਸੀਂ ਰਿਪੋਰਟਸ ਮੰਗਦੇ ਰਹੇ ਹੋ ਸਰਕਾਰਾਂ ਤੋਂ ਕਿਹੜੀ ਕਿਹੜੀ ਸਰਕਾਰ ਤੋਂ ਤੁਹਾਨੂੰ ਹਾਲ ਤੱਕ ਰਿਪੋਰਟ ਦਿੱਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਐ ਸੋ ਪਹਿਲਾਂ ਕਾਂਗਰਸ ਰਹੀ ਐ ਦੇਖੋ ਇੱਕ ਆਮ ਇੱਕ ਵਿਚਾਰ ਬਣ ਗਿਆ ਲੋਕਾਂ ਦਾ ਸਰਕਾਰਾਂ ਦਾ ਵੀ ਕਿ ਅਸੀਂ ਉਸ ਗੱਲ ਦਾ ਚਿੰਤਨ ਨਹੀਂ ਕਰਦੇ ਘਟਨਾ ਹੁੰਦੀ ਹੈ ਉਸ ਵੇਲੇ ਉਹਨੂੰ ਕਿਸੇ ਤਰ੍ਹਾਂ ਸੰਭਾਲ ਕੇ ਜਾਂ ਇਨਵੈਸਟੀਗੇਸ਼ਨ ਕਰਕੇ ਸਮਝਦੇ ਕੰਮ ਖਤਮ ਹੋ ਗਿਆ ਜਦ ਤੱਕ ਅਸੀਂ ਤੈਹ ਤੱਕ ਨਹੀਂ ਜਾਵਾਂਗੇ ਮੈਨੂੰ ਸੇ ਦੱਸਦੇ ਸੀ ਮਰਿੰਡੇ ਕਿ ਸਾਡੇ ਇਲਾਕੇ ਦੇ ਵਿੱਚ 6 ਜਿਹੜੀਆਂ ਘਟਨਾਵਾਂ ਪਿਛਲੇ 10-15 ਸਾਲ ਚੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋ ਜਾਂਦੀਆਂ ਜੀ ਉਹ ਕਿਉਂ ਹੋ ਰਹੀਆਂ ਬੱਚਿਆਂ ਨੂੰ ਸਕੂਲ ਚ ਦੱਸਣਾ ਚਾਹੀਦਾ ਚ ਕਿੱਥੇ ਕਮੀ ਹੈ ਉਹ ਤਾਂ ਜਦੋਂ ਹੁਣੇ ਆਏਗੀ ਰਿਪੋਰਟ ਤੇ ਉਦੋਂ ਪਤਾ ਲੱਗੇਗਾ ਵੀ ਕੀ ਕਰਨਾ ਚਾਹੀਦਾ ਇਹਨੂੰ ਕਿਉਂ ਰੋਕਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਲੋਕਾਂ ਦੇ ਘਰਾਂ ਤੱਕ ਪਹੁੰਚਣ ਬਾਣੀ ਕਰਾਂ ਤੱਕ ਪਹੁੰਚੇ ਜੇ ਕੁਰਾਨ ਮਜੀਦ ਪਹੁੰਚਦੀ ਹੈ ਬਾਈਬਲ ਪਹੁੰਚਦੀ ਹੈ ਗੀਤਾ ਬਾਕੀ ਸਾਰੇ ਧਰਮ ਗ੍ਰੰਥ ਆਪਾਂ ਜਾ ਸਕਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਨੇ ਤੇ ਸੈਂਚੀਅਰ ਰੂਪ ਚ ਜਾਵੇ ਤਾਂ ਕਿ ਆਮ ਆਦਮੀ ਨੂੰ ਗੁਰਬਾਣੀ ਦਾ ਗਿਆਨ ਹੋਵੇ ਸੋ ਇਹ ਵਾਸਤੇ ਬਹੁਤਾ ਯਤਨ ਹੋਇਆ ਨਹੀਂ ਲੱਗਦਾ ਅੱਛਾ ਤੁਹਾਡੇ ਕੋਲੇ ਇਹ ਵੀ ਰਿਪੋਰਟਾਂ ਆਉਂਦੀਆਂ ਹੋਣੀਆਂ ਕਿ ਪੰਜਾਬ ਚ ਜ਼ਬਰੀ ਪਰਿਵਰਤਨ ਕੋਈ ਹੋਇਆ ਕਿਉਂਕਿ ਸਿੱਖ ਤੇ ਇਸਾਈ ਨੂੰ ਪਿਛਲੇ ਚ ਦੇਖਿਆ ਸੀ ਬਹੁਤ ਕਨਫਲਿਕਟਸ ਦੇਖੋ ਇਹ ਬਹੁਤ ਵੱਡਾ ਇੱਥੇ ਕਾਫੀ ਧੀਰ ਤੋਂ ਝਗੜਾ ਚੱਲਦਾ ਇਹ ਝਗੜਾ ਅੱਜ ਦਾ ਨਹੀਂ ਹੈਗਾ ਇਹ ਝਗੜਾ 1839 ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਕਨਵਰਟ ਕਰਾਇਆ ਗਿਆ ਜੀ ਸਰ ਹਰਨਾਮ ਸਿੰਘ ਹਲੋ ਵਾਲੀਆ ਉਹ ਵੀ ਕਨਵਰਟ ਹੋਏ 크੍ਰਿਸਚੀਅਨਿਟੀ ਚ ਸਾਧ ਜਲੀ ਸਿੰਘ ਬਾਬਾ ਮਹਾਰਾਜ ਜਲੀ ਸਿੰਘ ਤਾਂ ਮੁੜ ਕੇ ਫਿਰ ਸਿੱਖ ਧਰਮ ਦੇ ਵਿੱਚ ਸ਼ਾਮਲ ਹੋ ਗਏ ਲੇਕਿਨ ਉਸ ਤੋਂ ਬਾਅਦ ਜਿਹੜੀ ਹੈ ਦੀਸੀਟਫੁਲ ਮੈਨਰ ਨਾਲ ਅਦਾਲਤ ਕਹਿੰਦੀ ਹੈ ਸੁਪਰੀਮ ਕੋਰਟ ਵੀ ਕਹਿੰਦਾ ਕਿ ਕਨਵਰਸ਼ਨ ਨਹੀਂ ਹੋਣੀ ਚਾਹੀਦੀ ਬਾਕੀ ਧਰਮ ਦੀ ਆਜ਼ਾਦੀ ਹੈ ਜਿਹੜਾ ਮਰਜ਼ੀ ਜੋ ਮਰਜ਼ੀ ਧਰਮ ਨੂੰ ਮੰਨੇ ਕੋਈ ਰੋਕ ਨਹੀਂ ਤੁਸੀਂ ਮੰਨਦੇ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਹੋ ਜੀ ਦੀਸੀਟਫੁਲ ਮੈਨਰ ਹੈ ਜਾਂ ਫੋਰਸਫੁਲੀ ਅਸੀਂ ਕਹਿੰਦੇ ਆ ਜਾਂ ਫਿਰ ਲਾਲਚ ਦੇ ਕੇ ਕਹਿੰਦੇ ਆ ਇਦਾਂ ਦੀਆਂ ਪਰਵਰਤਨ ਹੋਏ ਪੰਜਾਬ 'ਚ ਦੇਖੋ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਨੇ ਬਹੁਤ ਸਾਰੇ ਲੋਕਾਂ ਦੇ ਵੀਡੀਓਜ਼ ਵੀ ਪਾਆਂ ਸਾਨੂੰ ਵੀ ਭੇਜੀਆਂ ਇਸ ਤਰ੍ਹਾਂ ਦੇ ਵੀ ਕਰਦੇ ਆ ਵੀ ਜਿਹੜੀਆਂ ਕਨਵਰਸ਼ਨ ਹੋ ਰਹੀ ਹੈ ਜਾਂ ਕਿਸੇ ਬੰਦੇ ਨੂੰ ਦੱਸਿਆ ਜਾ ਰਿਹਾ ਕਿ ਆ ਤੂੰ ਠੀਕ ਹੋ ਜਾਏਗਾ ਜਾਂ ਫਲਾਣਾ ਆਦਮੀ ਠੀਕ ਹੋ ਗਿਆ ਇਹ ਚੀਜ਼ਾਂ ਸਾਡੇ ਧਿਆਨ ਚ ਆਈਆਂ ਆ ਹੁਣ ਅਸੀਂ ਇਹਦੇ ਬਾਰੇ ਇਹਨਾਂ ਦੀ 크ਰਿਸਚੀਅਨ ਕਮਿਊਨਿਟੀ ਦੇ ਲੀਡਰਾਂ ਦੀ ਵੀ ਔਰ ਅਕਾਲੀ ਜਿਹੜੇ ਸਿੱਖ ਲੀਡਰਸ਼ਿਪ ਐਸਸੀਪੀਸੀ ਵਾਲੇ ਉਹਨਾਂ ਦੀ ਮੀਟਿੰਗ ਵੀ ਕਰਾਈ ਸੀ ਅਸੀਂ ਚਾਹੁੰਦੇ ਹੁਣ ਵੀ ਜਿੱਥੇ ਜਾਈਦਾ ਸਾਰਿਆਂ ਨੂੰ ਕੱਲ ਮੈਂ ਤਰਨਤਾਰਨ ਸੀਗਾ ਉੱਥੇ ਵੀ ਇਹ ਕਹਿ ਕੇ ਆਇਆ ਕਿ ਭਾਈ ਜਿਹੜੇ ਕੱਟ ਗਿੰਦੀ ਹੈ ਇੱਕ ਦੂਜੇ ਨਾਲ ਮਿਲ ਕੇ ਰੋ ਸਾਰੇ ਧਰਮ ਅੱਛੇ ਨੇ 크ਿਸਚੀਅਨਿਟੀ ਬੁਰੀ ਨਹੀਂ ਹੈਗੀ ਇਸਲਾਮ ਬੁਰਾ ਨਹੀਂ ਹੈਗਾ ਜਿਹੜੀ ਹੈ ਜੈਨਿਜ਼ਮ ਬੁੱਧਿਜ਼ਮ ਸਿੱਖੀਜ਼ਮ ਜੋ ਜੁਰਿਸਟੀਨियन ਜਿਹੜੇ ਲੋਕ ਹੈ ਸਾਰੇ ਧਰਮ ਅੱਛੇ ਆ ਲੇਕਿਨ ਆਪਾਂ ਇਹ ਨਾ ਕਰੀਏ ਕਿ ਮੇਰਾ ਧਰਮ ਤੁਹਾਡੇ ਤੋਂ ਅੱਛਾ ਹੈ ਦੋਵੇਂ ਧਰਮ ਬਰਾਬਰ ਹੈ ਜੀ ਜੀਸਸ ਕ੍ਰਾਈਸ ਜਿਹੜਾ ਹੈ ਉਹ ਕਹਿੰਦੇ ਰੱਬ ਦਾ ਪੁੱਤਰ ਹੈ ਪ੍ਰਭੂ ਦਾ ਪੁੱਤਰ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮੈਂ ਕੱਲ ਵੀ ਉਹਨਾਂ ਨੂੰ ਕਹਿ ਰਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਤਾਂ ਆਪ ਲਿਖਿਆ ਨਾ ਕਿ ਅਕਾਲ ਪੁਰਖ ਨੇ ਮੈਨੂੰ ਸੱਚ ਕੇ ਕਿਹਾ ਮੈਂ ਆਪਣਾ ਸਤੋਹੀ ਨਿਵਾਜਾ ਪੰਥ ਪ੍ਰਚਾਰ ਕਰ ਬੈਕ ਕੋ ਸਾਜਾ ਜਾਹੇ ਤਾਂ ਤੁਮ ਧਰਮ ਚਲਾਇਓ ਕਿ ਬੁੱਧ ਕਰਨ ਤੋਂ ਲੋਕ ਉਠਾਇਓ ਹਟਾਇਓ ਆਪਣੇ ਸਮੇਂ-ਸਮੇਂ ਨਾਲ ਧਾਰਮਿਕ ਆਗੂ ਆਉਂਦੇ ਰਹੇ ਆ ਸਾਰੇ ਰੱਬ ਦੇ ਪੁੱਤਰ ਹੈ ਸਾਰੇ ਰੱਬ ਦੇ ਪੈਗੰਬਰ ਹੈ ਸਾਰੇ ਇੱਕ ਰੱਬ ਨੂੰ ਮਿਲਣ ਦੀ ਗੱਲ ਕਰਦੇ ਆ ਤੇ ਸਾਰੇ ਪੂਜਨਯੋਗ ਹੈ ਸਾਰੇ ਜਿਹੜੇ ਸਤਕਾਰਯੋਗ ਹੈ ਪੰਜਾਬ ਦੇ ਵਿੱਚ ਇਲੈਕਸ਼ਨਸ ਵੀ ਆ ਹੁਣ ਮਾਫ ਕਰਨਾ ਜ਼ਿਲੰਧਰ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਇੱਕ ਇੱਕ ਥਾਂ ਤੇ ਇਲੈਕਸ਼ਨ ਹੋਵੇ ਜਿਮਨੀ ਚੋਣ ਹੋਵੇ ਤੇ ਉਹ ਬੜਾ ਪੱਕ ਜਾਂਦਾ ਮਸਲਾ ਤੁਹਾਨੂੰ ਲੱਗਦਾ ਇਹ ਮਸਲਾ ਜਿਮਨੀ ਚੋਣ ਦੇ ਵਿੱਚ ਵੀ ਉੱਠੇਗਾ ਕਿਉਂਕਿ ਤੁਸੀਂ ਤੁਹਾ ਬੀਜੇਪੀ ਨੂੰ ਰਿਪਰੈਜ਼ੈਂਟ ਕਰਦੇ ਹੋ ਇੱਕ ਇੱਕ ਸਿਆਸੀ ਧਿਰ ਹੈ ਬਹੁਤ ਤਕੜੀ ਦੇਖੋ ਅਸੀਂ ਜਿਹੜੇ ਆ ਨਾ ਬੀਜੇਪੀ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਜੀ ਅਸੀਂ ਕੋਈ ਇਸ ਅਧਾਰ ਤੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਪ੍ਰਭਾਵਿਤ ਕਰਕੇ ਐਕਸਪਲੋਇਟ ਕਰਕੇ ਵੋਟ ਮੰਗਣ ਵਾਲੇ ਨਹੀਂ ਅਸੀਂ ਤਾਂ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਪ੍ਰਿਆਸ ਨੂੰ ਮੰਨਦੇ ਹਾਂ ਸਾਰਿਆਂ ਦੀ ਸਾਨੂੰ ਲੋੜ ਹੈ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਰੇ ਮਿਲ ਕੇ ਰਹਿਣ ਇਹ ਭਾਰਤ ਦੇ ਵਿੱਚ ਮਿਨੋਰਟੀਜ਼ ਦੀ ਗਿਣਤੀ 51 ਦੇ ਮੁਕਾਬਲੇ ਜਾਣ ਕਰਨ ਲਾ ਦੇ ਅੱਜ 5% ਵਧੀ ਹੈ ਮੈਜੋਰਟੀ ਦੀ ਗਿਣਤੀ 5% ਘਟੀ ਆ ਸੋ ਇਹ ਇੱਕ ਐਸਾ ਦੇਸ਼ ਆ ਜਿੱਥੇ ਕਿਸੇ ਵੀ ਮਿਨਿਓਰਿਟੀ ਦਾ ਬੰਦਾ ਜਿਹੜਾ ਸਾਡਾ ਰਾਸ਼ਟਰਪਤੀ ਵੀ ਬਣ ਸਕਦਾ ਜਿਹੜਾ ਪ੍ਰਧਾਨ ਮੰਤਰੀ ਬਣ ਸਕਦਾ ਸੁਪਰੀਮ ਕੋਰਟ ਦਾ ਜੱਜ ਬਣ ਸਕਦਾ ਹਾਕੀ ক্রিকেট ਦੇ ਕੈਪਟਨ ਬਣ ਸਕਦੇ ਆ ਫਿਲਮਾਂ ਦੇ ਐਕਟਰ ਬਣ ਸਕਦੇ ਆ ਇੱਥੇ ਕੋਈ ਡਿਸਕ੍ਰਿਮੀਨੇਸ਼ਨ ਹੈ ਨਹੀਂ ਅਸੀਂ ਉਸ ਚੰਗੀ ਪਰੰਪਰਾ ਨੂੰ ਹੀ ਚਾਲੂ ਰੱਖਣਾ ਚਾਹੁੰਦੇ ਜੀ ਜਲੰਧਰ ਜੀਮ ਨਹੀਂ ਸੋਣਦੇ ਉੱਤੇ ਕੀ ਲੱਗਦਾ ਹੈ ਕਿ ਪਾਰਟੀ ਜਿਹੜੀ ਤੁਹਾਡੀ ਹੈ ਕਿਉਂਕਿ ਇਸ ਸਮੇਂ ਜਲੰਧਰ ਅਸੀਂ ਬੈਠੇ ਹਾਂ ਲੱਗਦਾ ਹੈ ਕਿ ਇਸ ਵਾਰ ਪਾਰਟੀ ਸੱਤਾ ਦੇ ਵਿੱਚ ਆ ਸਗੀ ਨਹੀਂ ਪਾਰਟੀ ਤਾਂ ਸਾਡੀ ਆਲਰੇਡੀ ਸੱਤਾ 'ਚ ਹੈ ਜਿਹੜੀ ਪੰਜਾਬ ਪੰਜਾਬ ਦੇ ਵਿੱਚ ਵੀ ਅਸੀਂ ਸਰਕਾਰ ਬਣਾਵਾਂਗੇ ਜੀ ਦੋ ਹੀ ਚੀਜ਼ਾਂ ਨੇ ਸਾਡੀਆਂ ਬੜੀਆਂ ਸਪਸ਼ਟ ਹੈਗੀਆਂ ਵਿਕਾਸ ਸਾਡਾ ਜ਼ਰੂਰੀ ਹੈ ਅਮਨ ਸ਼ਾਂਤੀ ਜ਼ਰੂਰ ਬਹਾਲ ਕਰਾਂਗੇ ਔਰ ਸਭ ਨੂੰ ਆਪਸੀ ਪਿਆਰ ਭਾਈਚਾਰਾ ਮਜ਼ਬੂਤ ਹੋਵੇ ਜਿੱਥੇ ਇਹ ਉਹ ਧਰਤੀ ਹੈ ਜਿੱਥੇ ਕਿਸੇ ਵੇਲੇ ਸ਼ਾਇਦ ਜਿਹੜਾ ਮੁਹੰਮਦ ਨੇ ਵੀ ਲਿਖਿਆ ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਤੀਸਰੀ ਜਾਤ ਆਈ ਇਹ ਸਾਰੇ ਮਿਲ ਜੁਲ ਕੇ ਰਹਿਣ ਖੁਸ਼ੀਆਂ ਖੇੜੇ ਜਿਹੜਾ ਧਨੀ ਰਾਮ ਚਾਤਰੀਕ ਦਾ ਪੰਜਾਬ ਇਹ ਪੰਜਾਬ ਕਰਾਂ ਕੀ ਸਿਫਤ ਤੇਰੀ ਸਿਫਤਾਂ ਦੇ ਸਭ ਸਮਾਨ ਤੇਰੇ ਅਸੀਂ ਉਸੇ ਤਰ੍ਹਾਂ ਦੇ ਪੰਜਾਬ ਦੀ ਸਿਰਜਣਾ ਦੇ ਵਾਸਤੇ ਯਤਨਸ਼ੀਲ ਹਾਂ ਅੱਛਾ ਤੁਸੀਂ ਲਾਈਨਾਂ ਬੜੀਆਂ ਸੁਣੀਆਂ ਬੋਲੀਆਂ ਧਨੀ ਰਾਮ ਚਾਤਰੀਕ ਦੀਆਂ ਪਰ ਪਿਛਲੇ ਕੁਝ ਦਿਨਾਂ ਤੋਂ ਚਾਹੇ ਜਦੋਂ ਅਮਰਿਤਪਾਲ ਦਾ ਐਪੀਸੋਡ ਹੁੰਦਾ ਆ ਚਾਹੇ ਸ਼੍ਰੋਮਣੀ ਅਕਾਲੀ ਦਲ ਜਾਂ ਐਸਜੀਪੀਸੀ ਦੀਆਂ ਇਲੈਕਸ਼ਨਸ ਦੀ ਅਸੀਂ ਗੱਲ ਕਰਦੇ ਆ ਉਹਦੇ ਵਿੱਚ ਇੱਕ ਕਿਹਾ ਜਾਂਦਾ ਸੀ ਕਿ ਇਹਦੇ ਵਿੱਚ ਪੋਲਿਟਿਕਸ ਬਹੁਤ ਆ ਤੁਹਾਡੇ ਤੇ ਵੀ ਇਲਜ਼ਾਮ ਲਗਾਏ ਕਿ ਤੁਸੀਂ ਬੀਬੀ ਜਗੀਰ ਕੌਰ ਨੂੰ ਕਨਫਲਿਕਟਸ ਦੇ ਵਿੱਚ ਖੜਾ ਕਰ ਦਿੱਤਾ ਪਿਛਲੇ ਪੰਜਾਬ ਦੇ ਵਿੱਚ ਕਿਉਂਕਿ ਮੈਂ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਅਸੀਂ ਜਰਨਲਿਜ਼ਮ ਕਰ ਰਹੇ ਆ ਕਿਉਂਕਿ ਮੈਂ ਕਨਫਲਿਕਟਸ ਉਸ ਲੈਵਲ ਤੇ ਨਹੀਂ ਦੇਖਦਾ ਕਿ ਖੁੱਲ ਕੇ ਆ ਜਾਣ ਹੁਣ ਇਦਾਂ ਲੱਗਦਾ ਹੈ ਕਿ ਸਿੱਖ ਤੇ 크ਿਸਚੀਅਨਿਟੀ ਦਾ ਕਨਫਲਿਕਟਸ ਬਹੁਤ ਖੁੱਲ ਕੇ ਆ ਗਿਆ ਇਹਦੇ ਵਿੱਚ ਜਦੋਂ ਫੇਰ ਅਸੀਂ ਗੱਲ ਕਰਦੇ ਹਾਂ ਤੇ ਲੀਡਰਸ ਜਿਹੜੇ ਨੇ ਉਹਨਾਂ ਦੇ ਰੋਲ ਨੂੰ ਕਿਵੇਂ ਦੇਖਦੇ ਹਾਂ ਬਸ ਖਾਸ ਕਰਕੇ ਪੰਜਾਬ ਦੇ ਲੀਡਰਸ ਦੇ ਰੋਲ ਦੇਖੋ ਧਰਮ ਦਾ ਹਰ ਇੱਕ ਨੂੰ ਅਧਿਕਾਰ ਹੈ ਆਪਣੇ ਧਰਮ ਮੰਨਣ ਦਾ ਡੈਮੋਕ੍ਰੇਸੀ ਚ ਹਰ ਇੱਕ ਨੂੰ ਅਧਿਕਾਰ ਹੈ ਆਪਣੇ ਸੰਸਥਾ ਦੇ ਵਿੱਚ ਇਲੈਕਸ਼ਨ ਲੜਨ ਦਾ ਕੋਈ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਬੀਿੰਗ ਅ ਮੈਂਬਰ ਆਫ ਦੀ ਐਸਪੀਸੀ ਤੁਹਾਨੂੰ ਇੱਕ ਏ ਗਰੁੱਪ ਮੈਂਬਰ ਨੂੰ ਅਧਿਕਾਰ ਨਹੀਂ ਹੈਗਾ ਇਲੈਕਸ਼ਨ ਲੜਨ ਦਾ ਬੀ ਨੂੰ ਅਧਿਕਾਰ ਹੈਗਾ ਸਾਰਿਆਂ ਨੂੰ ਅਧਿਕਾਰ ਹੈ ਇਹ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਲੇਕਿਨ ਜਿਹੜਾ ਸਾਡਾ ਮੇਨ ਮਕਸਦ ਹੈ ਅਸੀਂ ਰਾਜਨੀਤੀ ਜਿਹੜੀ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰ੍ਹਾਂ ਧਰਮ ਦੀ ਕਿਸੇ ਵੀ ਸੰਸਥਾ ਦੇ ਵਿੱਚ ਦਖਲਅੰਦਾਜ਼ੀ ਤੇ ਬਲੀਵ ਨਹੀਂ ਕਰਦੀ ਜਿਹੜੀਆਂ ਮੈਂ 1997 ਤੋਂ ਲੈ ਕੇ 2001 ਤੱਕ ਐਸਐਸਪੀ ਕਪੂਰਥਲੇ ਰਿਆ 4 ਸਾਲ ਜੀ ਲੰਬਾ ਸਮਾਂ ਸੀ ਮੇਰੇ ਖਿਆਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਲੌਂਗੇਸਟ ਟਰਮ ਮੇਰੀ ਸੀ ਲੇਕਿਨ ਉਸ ਵੇਲੇ ਬੀਬੀ ਜਗੀਰ ਕੌਰ ਮਿਨਿਸਟਰ ਸੀ ਐਸਸੀਪੀਸੀ ਦੀ ਪ੍ਰੈਜ਼ੀਡੈਂਟ ਸੀ ਡਾਕਟਰ ਉਪਿੰਦਰਜੀਤ ਕੌਰ ਸਰਗਬੀਰ ਸਿੰਘ ਚੌਰੀ ਸਵਰਨਾ ਰਾਮ ਮੇਰੇ ਸਾਰਿਆਂ ਨਾਲ ਬਹੁਤ ਅੱਛੇ ਤਲਕਾ ਸੀ ਲੇਕਿਨ ਸਾਰੇ ਆਪਣੀ ਆਪਣੀ ਰਾਜਨੀਤੀ ਕਰਦੇ ਰਹੇ ਮੈਂ ਕਦੇ ਕਿਸੇ ਦੀ ਰਾਜਨੀਤੀ 'ਚ ਦਖਲਅੰਦਾਜ਼ੀ ਨਹੀਂ ਕੀਤੀ ਨਾ ਅੱਗੇ ਕਰਾਂਗੇ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਆਪਣੀ ਗੱਲ ਕਰਨ ਦਾ ਇਹ ਤਾਂ ਕੋਈ ਅਸੀਂ ਗੱਲ ਨਹੀਂ ਅਸੀਂ ਚਾਹੁੰਦੇ ਆ ਸਾਰੇ ਫਿਲਕੇ ਮਿਲ ਕੇ ਰਵੋ ਪੰਜਾਬ ਨੂੰ 75 ਸਾਲ ਹੋ ਗਏ ਆਪਾਂ ਜਿਹੜਿਆ ਬినాਸ਼ ਵਾਲੇ ਪਾਸੇ ਤੁਰੇ ਹੋਏ ਆ ਇਕੱਠੇ ਮਿਲ ਕੇ ਵਿਕਾਸ ਵਾਲੇ ਪਾਸੇ ਤੁਰੇ ਅੱਛਾ ਤਾਂ ਹੱਲ ਕੀ ਹੈ ਕਿਉਂਕਿ ਤੁਸੀਂ ਕਹਿੰਦੇ ਅਸੀਂ ਰਿਪੋਰਟਸ ਮੰਗਦੇ ਆ ਪੰਜਾਬ ਸਰਕਾਰ ਨੇ ਰਿਪੋਰਟਸ ਦਿੱਤੀਆਂ ਨਹੀਂ ਬੜੇ سارے ਮੁੱਦਿਆਂ ਦੇ ਉੱਤੇ ਅਸੀਂ ਖੁੱਲ ਕੇ ਬੋਲਦੇ ਆ ਫਿਰ ਇਹਦਾ ਹੱਲ ਕੀ ਹੈ ਕਿਉਂਕਿ ਬੀਗ ਅ ਮਿਨੋਰਟੀ ਲੀਡਰ ਤੁਹਾਨੂੰ ਤਾਂ ਹਾਲਤ ਦੀ ਬਹੁਤ ਜ਼ਰੂਰਤ ਹੈ ਨਾ ਦੇਖੋ ਅਸੀਂ ਜਿੱਥੇ ਵੀ ਕੋਈ ਮਸਲੇ ਹੁੰਦੇ ਆ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਦੀ ਹੈ ਹੌਲੀ-ਹੌਲੀ ਜਿੱਥੇ ਵਿਗਾੜ ਪਿਆ ਸੁਧਾਰ ਵੀ ਹੌਲੀ-ਹੌਲੀ ਆਏਗਾ ਬਹੁਤ ਸਾਰੇ ਮਸਲੇ ਅਸੀਂ ਹੱਲ ਕੀਤੇ ਆ ਗੁਰਦੁਆਰਾ ਡਗਮਾਰਦਾ ਕਾਫੀ ਦਿਨਾਂ ਤੋਂ ਚੱਲ ਰਿਆ ਸੀ ਸਿੱਕਮ ਦੇ ਵਿੱਚ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਕੋਈ ਕਲੇਮ ਕਰ ਰਿਆ ਸੀ ਕਿ ਇਹ ਬੋਧ ਧਰਮ ਦਾ ਹੈਗਾ ਬੋਧੀਆਂ ਨੇ ਉਹ ਸਥਾਨ ਹੈ ਲੇਕਿਨ ਅਸੀਂ ਐਫਰਟ ਕਰਕੇ ਤੇ ਹੁਣ ਅਦਾਲਤ ਦੇ ਵਿੱਚ ਹਾਈ ਕੋਰਟ ਸਿੱਕਮ ਦੇ ਵਿੱਚ ਸਰਕਾਰ ਨੇ ਐਫੀਡਿਵਟ ਦਿੱਤਾ ਹੈ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਔਰ ਜਿਹੜੀ ਹੈ ਉਹ ਜਗਾ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਦੁਬਾਰਾ ਉੱਥੇ ਚੰਗੀ ਤਰ੍ਹਾਂ ਤਿਆਰ ਹੋ ਕੇ ਰਹੇਗੀ ਤੇ ਇਹ ਗੱਲ ਦਾ ਗੱਲਾਂ ਕਰਨ ਨਾਲ ਮੁਕਦੀ ਆਉਣੀ ਆ ਜੇ ਅਸੀਂ ਈਸ਼ੂ ਖੜੇ ਰੱਖਾਂਗੇ ਕੜੇ ਦਾ ਮਸਲਾ ਸੀ ਉਹ ਹੱਲ ਕੀਤਾ ਸਿੱਖਾਂ ਤੇ ਕਈ ਜਗ੍ਹਾ ਹਮਲੇ ਹੋਏ ਜਾਂ ਵਿਦੇਸ਼ਾਂ 'ਚ ਵੀ ਹੋਣ ਤਾਂ ਵੀ ਅਸੀਂ ਕਰਦੇ ਆ ਅਮਰੀਕਾ ਦੇ ਵਿੱਚ 214 ਕੇਸ ਪਿਛਲੇ ਸਾਲ ਹੋਏ ਡਿਸਕ੍ਰਿਮੀਨੇਸ਼ਨ ਅਗੇਂਸਟ ਦੀ ਸਿੱਖ ਇਸ ਤਾਂ ਦੀ ਇੱਥੇ ਗੱਲ ਹੀ ਹੈ ਪੰਜਾਬ ਦੇ ਵਿੱਚ ਤਾਂ ਜਦੋਂ ਇਲਜ਼ਾਮ ਲੱਗਦੇ ਆ ਡਿਸਕ੍ਰਿਮੀਨੇਸ਼ਨ ਦੇ ਤੇ ਕੋਈ ਸਿੱਖ ਹੀ ਖੜਾ ਹੁੰਦਾ ਕਿ ਮੇਰੀ ਪਿੱਠ ਤੇ ਲਿਖ ਦਿੱਤਾ ਚੋਰ ਜਾ ਮੇਰੇ ਮੱਥੇ ਤੇ ਲਿਖ ਦਿੱਤਾ ਜਾਂ ਫਲਾਣੀ ਗੱਲ ਕਰਤੇ ਮਲਜ਼ਮ ਵੀ ਜਿਹੜਾ ਜਿਹਦੇ ਤੇ ਦੋਸ਼ ਲੱਗਦਾ ਉਹ ਵੀ ਸਿੱਖ ਕੋਈ ਪੁਲਿਸ ਅਧਿਕਾਰੀ ਹੁੰਦਾ ਜਿਹਦੀ ਪਿੱਛੇ ਲਿਖਿਆ ਜਾਂਦਾ ਉਹ ਵੀ ਮਿਨੋਰਟੀ ਦਾ ਹੁੰਦਾ ਤੇ ਉੱਥੇ ਇਹ ਤਾਂ ਇਹਨਾਂ ਨੂੰ ਦਿਮਾਗੀ ਤੌਰ ਤੇ ਸੋਚ ਸਮਝ ਕੇ ਵਿਚਾਰ ਕੇ ਅੱਛੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਅਧਿਕਾਰੀਆਂ ਦੀ ਤਾਂ ਕਿ ਕਿਸੇ ਨਾਲ ਵੀ ਵਿਤਕਰਾ ਨਜ਼ਰ ਨਾ ਆਵੇ ਹਰਪੁਰ ਸਾਹਿਬ ਸਿੱਖਾਂ ਦੀ ਆਪਾਂ ਗੱਲ ਕਰਦੇ ਆ ਕਿ ਸਿੱਖ ਕਿੰਵੇਂ ਨੰਬਰ ਤੇ ਹੁੰਦੇ ਮਿਨੋਰਟੀ ਲਿਸਟ 'ਚ ਤੀਸਰੇ ਤੇ ਤੀਜੇ ਨੰਬਰ ਤੇ ਤੀਸਰੇ ਤੇ ਪਹਿਲੇ ਤੇ ਫਿਰ ਪਹਿਲੇ ਤੇ ਇਸਲਾਮ ਨੂੰ ਮੰਨਣ ਵਾਲੇ ਨੇ ਜੀ ਦੂਜੇ ਤੇ 크੍ਰਿਸਚੀਅਨਿਟੀ ਹੈ ਤੇ ਤੀਜੇ ਤੇ ਸਿੱਖੀ ਸਮਾਏ ਪਹਿਲਾ ਸਿੱਖੀਜ਼ਮ 2 ਨੰਬਰ ਤੇ ਸੀ ਜੀ ਹੁਣ ਸਿੱਖਾਂ ਦੀ ਗਿਣਤੀ ਵਧੀ ਇਸ ਕਰਕੇ ਉਹ ਤੀਸਰੇ ਤੇ ਆ ਗਏ ਘਟੀ ਹੈ ਜੀ ਘਟੀ ਹੈ ਤੇ 3rd ਤੇ ਆ ਗਿਆ 3rd ਤੇ ਆ ਗਿਆ ਜੀ ਅੱਛਾ ਜਦੋਂ ਆਪਾਂ ਇਸ ਇਸਲਾਮ ਦੀ ਗੱਲ ਕਰਦੇ ਆ ਪਿਛਲੇ ਕੁਝ ਸਾਲਾਂ ਤੋਂ ਇਸਲਾਮੋਫੋਬੀਆ ਨਾਂ ਦੀ ਇੱਕ ਟਰਮ ਜਿਹੜੀ ਹੈ ਉਹ ਮੀਡੀਆ ਗਲਿਆਰਿਆਂ ਦੇ ਵਿੱਚ ਸੋਸਾਇਟੀ ਦੇ ਵਿੱਚ ਬਹੁਤ ਘੰਮ ਰਹੀ ਹੈ ਅ ਇਸ ਤੱਕ ਕਿ ਤੁਹਾਡੇ ਲੀਡਰਸ ਦੇ ਉੱਤੇ ਬਹੁਤ ਇਲਜ਼ਾਮ ਲੱਗਦੇ ਨੇ ਇਲਜ਼ਾਮ ਕੀ ਐਵੀਡੈਂਟ ਵੀ ਬਹੁਤ ਨੇ ਕੀ ਸ਼ਰੀਆਮ ਉਹ ਇਸਲਾਮ ਦੇ ਖਿਲਾਫ ਜਿਹੜੇ ਨੇ ਉਹ ਸਟੇਟਮੈਂਟ ਪਾਸ ਕਰਦੇ ਨੇ ਇਸ ਤੋਂ ਤੱਕ ਕਿ ਅਦਿੱਤਿਆ ਯੋਗੀਨਾਥ ਯੂਪੀ ਦੇ ਸੀਐਮ ਤੁਹਾਡੇ ਉਹਨਾਂ ਦੇ ਉੱਤੇ ਗਿਆ ਕਿ 34 ਵਾਰ ਉਹਨਾਂ ਨੇ ਬਾਈ ਜਿਹੜੀਆਂ ਉਹਨਾਂ ਦੀਆਂ ਕੈਂਪੇਨ ਸੀਗੀਆਂ ਜਾਂ ਪਬਲਿਕ ਜਿੱਥੇ ਉਹ ਐਡਰੈਸ ਕਰਦੇ ਸੀਗੇ ਉਹਨਾਂ ਨੇ ਐਦਾਂ ਦੇ ਸ਼ਬਦ ਵਰਤੇ ਜਿਵੇਂ ਅੱਬਾ ਜਾਨ ਤਾਲਿਬਾਨੀ ਬੜੇ ਸਾਰੇ ਸ਼ਬਦ ਵਰਤੇ ਦੇਖੋ ਭਾਰਤ ਦੇ ਵਿੱਚ ਮੈਂ ਇਹ ਗੱਲ ਕਹਿ ਸਕਦਾ 5% ਮੁਸਲਮ ਪਾਪੂਲੇਸ਼ਨ ਵਧੀ ਹੈ ਪੋਸਲਮ ਫਿਲਮਾਂ ਦੇ ਐਕਟਰ ਵੀ ਵਧੀਆ ਨੇ ਅੱਜ ਵੀ ਉਹਨਾਂ ਦਾ ਹੀ ਨਾਂ ਆਇਆ ਤਿੰਨ ਮੁਸਲਮ ਰਾਸ਼ਟਰਪਤੀ ਰਹੇ ਆ ਔਰ ਅਬਦੁਲ ਕਲਾਮ ਸਾਹਿਬ ਨੂੰ ਤਾਂ ਭਾਰਤੀ ਜਨਤਾ ਪਾਰਟੀ ਨੇ ਬਣਾਇਆ ਸੀ ਹੁਣ ਵੀ ਜਿਹੜੇ ਆ ਜਿਹੜੇ ਸੁਪਰੀਮ ਕੋਰਟ ਦੇ ਜੱਜ ਵੀ ਹੈਗੇ ਆ ਗਵਰਨਰ ਹੈਗੇ ਆ ਸਟੇਟਾਂ ਦੇ ਕੋਈ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਪਾਰਟੀ ਵੱਲੋਂ ਨਹੀਂ ਹੈਗੀ ਲੇਕਿਨ ਜੇ ਕੋਈ ਕ੍ਰਿਮੀਨਲ ਹੈਗਾ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਤੇ ਕ੍ਰਿਮੀਨਲ ਤਾਂ ਕ੍ਰਿਮੀਨਲ ਹੈ ਤਾਂ ਦੋ ਕ੍ਰਿਮੀਨਲ ਸ਼ੁੱਡ ਬੀ ਅਲਾਉਡ ਟੂ ਮੂਵ ਕਿਉਂਕਿ ਗੁਰਬਾਣੀ ਦਾ ਵੀ ਸਿਧਾਂਤ ਹੈ ਸੰਤਾ ਮਾਨਿਓ ਦੂਤਾਂ ਡਾਨਿਓ ਏ ਕੁਟਵਾਰੀ ਮੇਰੀ ਕਿਸੇ ਵੀ ਐਸੇ ਵਿਅਕਤੀ ਨੂੰ ਸਿਰ ਚੁੱਕਣ ਦਾ ਮੌਕਾ ਨਹੀਂ ਦੇਣਾ ਚਾਹੀਦਾ ਕਾਨੂੰਨ ਨੂੰ ਜਿਹੜਾ ਦੂਜੇ ਦੀ ਜਾਨ ਲਈ ਖਤਰਾ ਜੀ ਅੱਛਾ ਪੀਐਮ ਮੋਦੀ ਸਾਹਿਬ ਨੇ ਵੀ ਇੱਕ ਸਟੇਟਮੈਂਟ ਦਿੱਤੀ ਸੀ ਕਿ ਮੈਂ ਕਹਿੰ ਰਿਹਾ ਕਿ ਬਹੁਤ ਅੱਛਾ ਲੀਡਰ ਹੁੰਦਾ ਜਿਹੜਾ ਆਪਣੇ ਲੀਡਰਸ ਨੂੰ ਕਹਿੰਦਾ ਵੀ ਗੁਰੇਜ਼ ਕਰਿਆ ਕਰੋ ਬੀ ਇਸਲਾਮਿਕ ਜਾਂ ਇਸਲਾਮ ਦੇ ਖਿਲਾਫ ਜਾਂ ਇਹਨਾਂ ਦੇ ਲੋਕਾਂ ਦੇ ਖਿਲਾਫ ਐਨੀਆਂ ਸਟੇਟਮੈਂਟਸ ਨਾ ਦਿਓ ਬੜੇ سارے ਲੀਡਰਸ ਨੇ ਉਹਨਾਂ ਨੇ ਬਾਇ ਪਰਸਨ ਵੀ ਉਹ ਕਹਿੰਦੇ ਮੈਂ ਕਿਹਾ ਤੁਹਾਨੂੰ ਲੱਗਦਾ ਵੀ ਇਹ ਗਰੇਸ ਕਰ ਲੈਣਾ ਚਾਹੀਦਾ ਵਾਕਈ ਕਿਉਂਕਿ ਹੁਣ ਪਿੱਛੇ ਜੇ ਮੰਗਲਵਾਰ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਕੇਰਲਾ ਗਏ ਨੇ ਉੱਥੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਮਿਨੋਰਟੀਜ਼ ਆ ਉਹਨਾਂ ਦੇ ਹੱਕਾਂ ਦੀ ਗਾਰਾਖੀ ਕਰਦੇ ਆ ਨੇ ਇਹ ਗੱਲ ਦੇਖੋ ਇਹਦੇ ਵਿੱਚ ਕੋਈ ਦੋਰਾਏ ਵਾਲੀ ਗੱਲ ਨਹੀਂ ਜੋ ਪ੍ਰਧਾਨ ਮੰਤਰੀ ਜੀ ਦਾ ਹੁਕਮ ਹੈ ਆਦੇਸ਼ ਹੈ ਜਾਂ ਉਹਨਾਂ ਦੇ ਵਚਨ ਹੈਗੇ ਆ ਇਹੀ ਪਾਰਟੀ ਦਾ ਸਟੈਂਡ ਹੈ ਜੀ ਕੋਈ ਕਿਸੇ ਵੀ ਜਗ੍ਹਾ ਸਾਡੀ ਪਾਰਟੀ ਨੇ ਕਿਸੇ ਵੀ ਪਾਰਟੀ ਨੂੰ ਹੁਣ ਮੈਂ ਇਫਤਾਰ ਪਾਰਟੀ ਤੇ ਪਹੁੰਚ ਗਿਆ ਜੀ ਅਸੀਂ ਪਹਿਲੀ ਵਾਰੀ ਹੋਇਆ ਕਿ ਜੂਜ਼ ਨੂੰ ਮਸਜਿਦ ਵਿੱਚ ਅਸੀਂ ਇਫਤਾਰ ਪਾਰਟੀ ਸ਼ਾਮਿਲ ਕੀਤਾ ਜਿਹੜਾ ਤੁਹਾਡੇ ਇਜ਼ਰਾਈਲ ਦੇ ਵਿੱਚ ਇਹ ਲੜ ਰਹੇ ਹੈ ਇੱਕ ਦੂਜੇ ਨਾਲ ਕਦੇ ਕੋਈ ਸੋਚ ਸਕਦਾ ਹੈ ਕਿ ਇੰਡੀਆ ਦੇ ਵਿੱਚ ਜੂਜ਼ ਤੇ ਯਹੂਦੀ ਤੇ ਮੁਸਲਮਾਨ ਜਿਹੜੇ ਹੈ ਉੱਠੇ ਬੈਠ ਕੇ ਈਦ ਮਨਾਉਣ। ਔਰ ਮੈਂ ਵੀ ਉਹਨਾਂ ਦੇ ਵਿੱਚ ਸ਼ਾਮਿਲ ਸੀ, ਬਾਕੀ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਸੀ। ਅਸੀਂ ਸਭ ਦਾ ਸਾਥ, ਸਭ ਦੇ ਵਿਕਾਸ ਦੀ ਗੱਲ ਕਰਦੇ ਆ। ਸਾਰੇ ਤੇ ਮੇਰੇ ਲਈ ਤਾਂ ਸੱਤੇ ਧਰਮ ਇੱਕੋ ਹੀ ਹੈ। ਜੀ। ਮੈਂ ਤਾਂ ਸਾਰਿਆਂ ਨੂੰ ਰਿਪਰੈਜ਼ੈਂਟ ਕਰਦਾ ਔਰ ਸਾਰੇ ਮੇਰੇ ਆਪਣੇ ਧਰਮ। ਅੱਛਾ ਮੈਂ ਜਾਂਦੇ ਵਾਰ ਇੱਕ ਟਿੱਕ ਲੈਣਾ। ਅਮਰੀਪਾਲ ਐਪੀਸੋਡ ਨੂੰ ਕਿਵੇਂ ਵੇਖਦੇ ਹੋ? ਔਰ ਇਦਾਂ ਦੇ ਐਪੀਸੋਡ ਨਾ ਹੋਣ ਜਾਂ ਤੁਹਾਨੂੰ ਲੱਗਦਾ ਕਿ ਅਸੀਂ ਗੁਰੇਜ਼ ਕਰੀਏ ਤੇ ਉਹਦੇ ਲਈ ਕੀ ਕਰਨਾ ਚਾਹੀਦਾ? ਦੇਖੋ ਪਹਿਲੀ ਗੱਲ ਤਾਂ ਹੈ ਕਿ ਇਹ ਸਾਡਾ ਆਪਣਾ ਦੇਸ਼ ਹੈ। ਇਹ ਉਹ ਦੇਸ਼ ਹੈ ਜਿੱਥੇ ਨੌ ਗੁਰੂ ਸਾਹਿਬਾਨ ਦੀ ਧਰਤੀ ਹੈ ਇੱਥੇ ਪੰਜ ਪਿਆਰੇ ਵੀ ਬਾਹਰੋਂ ਆਏ ਸਾਰੇ ਜਿਹੜੇ ਨੌਰਥ ਸਾਊਥ ਈਸਟ ਵੈਸਟ ਸਾਰੇ ਪਾਸਿਓਂ ਆ ਕੇ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਸੀ ਉਹ ਸਾਰੇ ਦੇਸ਼ ਵਾਸਤੇ ਨਹੀਂ ਦੁਨੀਆ ਵਾਸਤੇ ਆ ਕਿਸੇ ਇੱਕ ਖਿੱਤੇ ਵਾਸਤੇ ਨਹੀਂ ਹੈਗਾ ਸੋ ਜੇ ਕੋਈ ਵੀ ਵਿਅਕਤੀ ਦੇ ਬਾਰੇ ਪਰਤਾਲ ਕਰ ਲੈਣੀ ਚਾਹੀਦੀ ਹੈ ਚੱਲਣ ਤੋਂ ਪਹਿਲਾਂ ਕਿ ਉਹਦਾ ਮਕਸਦ ਕੀ ਆ ਮੈਂ ਤਾਂ ਬੜੀ ਹੈਰਾਨੀ ਹੈ ਕਿ ਇੱਕ ਬੰਦਾ ਚੁੱਪ ਕਰਕੇ ਸਿਰ ਮਨਾ ਕੇ ਹੀ ਆ ਕੇ ਕਹਿੰਦਾ ਹੈ ਕਿ ਦਾੜੀ ਕੇਸ ਕੱਟੇ ਆ ਕਿ ਮੈਨੂੰ ਤੁਸੀਂ ਅਮਰਿਤ ਸ਼ਿਕਾ ਦਿਓ ਤੇ ਉਹਨੂੰ ਅਮਰਿਤ ਸ਼ਿਕਾਇਆ ਜਾਂਦਾ ਹੈ ਤੇ ਉਹਨੂੰ ਇਹ ਵੀ ਨਹੀਂ ਆਖਿਆ ਜਾਂਦਾ ਵੀ ਯਾਰ ਜਦੋਂ ਤੇਰੇ ਕੇਸ ਹੋ ਜਾਣਗੇ ਤੇ ਤੂੰ ਉਦੋਂ ਆ ਜਾਈ ਸੋ ਆਪਾਂ ਇਹਨਾਂ ਦੇ ਪਿੱਛੇ ਜਿਹੜੀ ਹੈ ਵਾਰਿਸ ਪੰਜਾਬ ਦੇ ਆ ਉਹ ਸੰਸਥਾ ਨੇ ਕੋਈ ਸਕੂਲ ਖੋਲ੍ਹਿਆ ਹੋਵੇ ਕੋਈ ਕਾਲਜ ਖੋਲ੍ਹਿਆ ਹੋਵੇ ਕੋਈ ਹੋਰ ਕੰਮ ਕੀਤਾ ਹੋਵੇ ਜਿਹਨੂੰ ਪੰਜਾਬ ਦੇ ਵਿੱਚ ਹਸਪੀਟਲ ਬਣਾਏ ਹੋਣ ਇਹ ਕੋਈ ਵੱਡਾ ਕੰਮ ਕੀਤਾ ਹੋਵੇ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਸੋ ਅਸੀਂ ਇਮੋਸ਼ਨਲੀ ਲੋਕਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਆ ਨਸ਼ੇ ਜਿਹੜੇ ਆ ਉਹ ਜਿਹੜੇ ਆ ਸਮਾਜ ਲਈ ਘਾਤਕ ਹੈਗੇ ਆ ਨਸ਼ਿਆਂ ਦੇ ਵਪਾਰੀ ਤਾਂ ਜੇਲਾਂ 'ਚ ਜਾਣੇ ਚਾਹੀਦੇ ਆ ਔਰ ਜਿੰਨੇ ਵੀ ਧਾਰਮਿਕ ਆਗੂ ਹੈ ਉਹਨਾਂ ਨੂੰ ਜਾਂ ਜਿਹਨੇ ਰਾਜਨੀਤਿਕ ਆਗੂ ਹੈ ਨਸ਼ਿਆਂ ਦਾ ਵਪਾਰ ਜਿਹੜਾ ਹੈ ਨਾ ਸਾਡਾ ਕੋਈ ਇਹ ਰੋਟੀ ਰੋਜ਼ੀ ਦਾ ਸਾਧਨ ਨਹੀਂ ਚਾਹੀਦਾ ਸਰਕਾਰਾਂ ਨੂੰ ਵੀ ਇਸ ਵਾਸਤੇ ਸੋਚਣਾ ਚਾਹੀਦਾ ਹੈ ਜੇ ਗੁਜਰਾਤ ਨਸ਼ਾ ਬੰਦੀ ਤੋਂ ਬਾਅਦ ਤਰੱਕੀ ਕਰ ਸਕਦਾ ਹੈ ਜੇ ਬਿਹਾਰ ਤਰੱਕੀ ਕਰ ਸਕਦਾ ਇਹ ਤਾਂ ਗੁਰੂਆਂ ਦੀ ਧਰਤੀ ਹੈ ਜਿੱਥੇ ਇਹ ਲਿਖਿਆ ਗਿਆ ਏ ਤੁਮਦ ਪੀਤੇ ਨਾਨਕਿਆ ਬਹੁਤੇ ਖੱਟিয়ে ਵਿਕਾਰ ਤੇ ਵੈਸੇ ਵੀ ਜਿਹੜਿਆ ਧਾਰਮਿਕ ਆਗੂਆਂ ਨੂੰ ਵੀ ਸਮਾਜਿਕ ਲੋਕਾਂ ਨੂੰ ਵੀ ਟੀਚਰ ਸਹਿਬਾਨ ਨੂੰ ਵੀ ਸਾਰੇ ਸਮਾਜ ਨੂੰ ਨਸ਼ੇ ਬੰਦੀ ਵੱਲ ਜਿਹੜਾ ਹੈ ਮਿਲ ਕੇ ਜੋਰ ਕਰਨਾ ਚਾਹੀਦਾ ਤਾਂ ਸਾਡੀ ਨੌਜਵਾਨੀ ਬਚੇਗੀ ਸਾਡਾ ਸਮਾਜ ਬਚੇਗਾ ਸਾਡੀਆਂ ਧੀਆਂ ਭੈਣਾਂ ਵੀ ਅੱਜ ਕੱਲ੍ਹ ਉਹਨਾਂ ਤੇ ਵੀ ਵਿਚਾਰੀਆਂ ਮਾਨਸਿਕ ਰੋਗ ਦੇ ਪੀੜਤ ਹੈ ਔਰ ਕਈ ਕੇਸਿਸ ਦੇ ਵਿੱਚ ਉਹਨਾਂ ਦੀਆਂ ਵੀ ਵੀਡੀਓ ਜਾਗਰਤ ਹੁੰਦੀਆਂ ਸਮਾਜ ਅਸੀਂ ਖਰਾਬ ਨਾ ਕਰ ਲਈਏ ਇਹ ਨਸ਼ੇ ਬਾ ਜਿਹੜੇ ਕਰਦੇ ਐ ਉਹਨਾਂ ਦੇ ਖਿਲਾਫ ਉੱਠ ਕੇ ਖੜੇ ਹੋਣਾ ਚਾਹੀਦਾ ਹੈ ਲੇਕਿਨ ਨਸ਼ੇ ਬੰਦਿਆਂ ਦੀ ਗੱਲ ਕਰਕੇ ਲੋਕਾਂ ਨੂੰ ਸਮਾਜ ਨੂੰ ਲੜਾਈ ਪਾਣੀ ਝਗੜੇ ਕਰਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਬੇਅਦਬੀ ਕਰਨੀ ਉੱਥੋਂ ਦੇ ਸਮਾਨ ਤੋੜ ਦੇਣੇ ਇਹ ਮੈਂ ਸਮਝਦਾ ਗੁਰੂਆਂ ਨੇ ਤਾਂ ਆਪ ਵੀ ਇਸ ਤਰ੍ਹਾਂ ਨਹੀਂ ਕੀਤਾ ਔਰ ਇਹ ਗੱਲ ਬਰਦਾਸ਼ਤ ਵੀ ਨਹੀਂ ਕਰਨੀ ਚਾਹੀਦੀ ਇੱਕ ਛੋਟਾ ਜਿਹਾ ਸਵਾਲ ਸਾਨੂੰ 10 ਕਹੀ ਸੀ ਗੁਰੂ ਸਾਹਿਬਾਨ ਕੀ ਗੁਰੂ ਮਾਨਯੋ ਗ੍ਰੰਥ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਮੈਨੂੰ ਲੱਗਦਾ ਕਿ ਇਹਨਾਂ ਲੋਕ ਜਿਹੜੇ ਚਾਹੇ 4-5 ਦਿਨ ਬਾਅਦ ਆਉਂਦੇ ਸਾਲ ਲੈ ਕੰਮ ਕਰਕੇ ਆ ਜਾਂਦੇ ਸਾਡੇ ਚ ਮਿਲਦਾ ਕੋਈ ਕਮੀ ਹੈ ਜਾਂ ਸੁਸਾਇਟੀ ਜਾਂ ਫਿਰ ਜਿਹੜੀਆਂ ਸਾਡੀਆਂ ਸਰਮੌਰ ਜਥੇਬੰਦੀਆਂ ਉਹ ਚੰਗੀ ਤਰੀਕੇ ਦੇ ਨਾਲ ਉਹ ਮੈਸੇਜ ਪਹੁੰਚਾ ਨਹੀਂ ਸਕੀਆਂ ਦੇਖੋ ਗੁਰਬਾਣੀ ਜਿਹੜੀ ਹੈ ਨਾ ਉਹਦਾ ਇੱਕੋ ਹੀ ਸਿਧਾਂਤ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਵੀ ਹੈਵ ਟੂ ਲਿਵ ਗੁਰਬਾਣੀ ਜੀ ਗੁਰਬਾਣੀ ਦਾ ਸਿਧਾਂਤ ਕੀ ਹੈ ਗੁਰਬਾਣੀ ਆਪਾਂ ਕਿਵੇਂ ਜੀ ਸਕਦੇ ਆ ਤੇ ਜਿਹੜਾ ਗੁਰਬਾਣੀ ਜੀਂਦਾ ਉਹਨੂੰ ਦੇਖ ਕੇ ਦੂਜਾ ਵੀ ਆਪਣੇ ਬੱਚੇ ਨਾਲ ਕਰਦਾ ਹੈ ਇਹ ਗੁਰਬਾਣੀ ਨੂੰ ਲੋਕਾਂ ਦੇ ਹਿਰਦੇ ਵਿੱਚ ਵਸਾਉਣਾ ਲੋਕਾਂ ਦੇ ਘਰ ਘਰ ਤੱਕ ਲੈ ਕੇ ਜਾਣਾ ਸਮਾਜ ਇਹ ਸਾਡਾ ਸਾਰਿਆਂ ਦਾ ਜਿਹੜਾ ਨਾ ਜੋ ਸਿੱਖ ਧਰਮ ਨੂੰ ਮੰਨਦਾ ਹੈ ਉਹਨਾਂ ਉਹਨੂੰ ਚਾਹੀਦਾ ਹੈ ਕਿ ਆਪਣੇ ਧਰਮ ਬਾਰੇ ਜਾਣਕਾਰੀ ਹਾਸਲ ਕਰੇ ਤੇ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਦੇਵੇ ਤਾਂ ਕਿ ਸਾਨੂੰ ਆਪਣੇ ਫਲਸਫੇ ਬਾਰੇ ਪਤਾ ਲੱਗ ਜਾਏ ਇਹ ਬਹਾਦਰੀ ਦਾ ਫਲਸਫਾ ਹੈ ਇਹ ਸਮਾਜ ਸੇਵਾ ਦਾ ਫਲਸਫਾ ਹੈ ਇਹ ਪਿਆਰ ਦਾ ਸਰ ਫਲਸਫਾ ਹੈ ਜਦ ਤੱਕ ਸਾਡੇ ਅੰਦਰ ਹਿਰਦੇ ਚ ਪਿਆਰ ਪੈਦਾ ਨਹੀਂ ਹੁੰਦਾ ਦੂਜੇ ਲਈ ਵੀ ਤੇ ਸਮਝ ਨਹੀਂ ਆਸੀ ਫਿਰ ਸਿੱਖੀ ਤੋਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਜੀ ਅਠਾ ਭਾਜਪਾ ਦਾ ਅਲਾਈਂਸ ਦੀ ਬੜੀ ਗੱਲ ਹੋ ਰਹੀ ਸੀ ਚਰਚੇ ਸੀਗੇ ਤੁਹਾਨੂੰ ਲੱਗਦਾ ਕਿ ਇਹ ਅਲਾਈਂਸ ਜਿਹੜਾ ਹੈ ਉਹ ਕਮਿੰਗ ਜਿਹੜੀ ਐਮਪੀ ਇਲੈਕਸ਼ਨਸ ਨੇ ਉੱਥੇ ਚ ਹੋ ਸਕਦਾ ਹੈ ਇਹਦੇ ਤੇ ਕੀ ਕਹਿਣਾ ਚਾਹੋਗੇ ਬਸ ਨਾ ਨੀਤੀ ਦੇ ਵਿੱਚ ਕੋਈ ਜਿਹੜੀਆਂ ਲਾਇੰਸਸ ਚੱਲਦੇ ਰਹਿੰਦੇ ਆ ਲੇਕਿਨ ਸਾਡਾ ਅਲਾਈਂਸ ਇਸ ਵੇਲੇ ਪਿਛਲੇ ਇਲੈਕਸ਼ਨ ਦੇ ਵਿੱਚ ਸਯੁਗਤ ਕਾਲੀ ਦਲ ਨਾਲ ਸੀ ਅੱਛਾ ਲਾਇਨਸ ਹੈ ਸਾਡੀ ਅੱਜ ਵੀ ਆਪਸ ਵਿੱਚ ਅੰਡਰਸਟੈਂਡਿੰਗ ਹੈ ਤੇ ਇਹ ਚੱਲਦਾ ਰਹੇਗਾ ਸ਼੍ਰੋਮਣੀ ਕਾਲ ਦਲ ਨਾਲ ਅੱਗੇ ਲਾਇਨਸ ਨਹੀਂ ਹੋ ਸਕਦਾ ਜਿਹੜੀਆਂ ਫਾਮਾਂ ਆ ਉਹ ਅਫਵਾਹ ਮਹਿਸ ਕੋਈ ਅਸੀਂ ਤਾਂ ਉਹਨਾਂ ਨੂੰ ਨਹੀਂ ਹੋ ਸਾਨੂੰ ਛੱਡ ਕੇ ਗਏ ਆ ਤੇ ਜੇ ਚਲੇ ਗਏ ਤਾਂ ਚਲੇ ਗਏ ਅਸੀਂ ਇੰਨੇ ਸਕਸ਼ਮ ਹੈ ਕਿ ਅਸੀਂ ਆਪਣਾ ਆਪ ਜਿਹੜੇ ਹੈ ਇੱਥੇ ਲੋਕਾਂ ਦੇ ਵਿੱਚ ਖੜੇ ਹੋ ਸਕਦੇ ਹਾਂ ਅਸੀਂ ਪਾਰਟੀ ਸਾਡੀ ਹੈ ਕਿ ਦੇ ਆਪਣੇ ਆਪ ਸਮਾਜ ਦੀ ਸੇਵਾ ਵਿੱਚ ਜਾਏਗੀ ਔਰ ਲੋਕਾਂ ਨੂੰ ਨਾਲ ਲੈ ਕੇ ਚੱਲੇ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਸਸਟੇ ਕਾ